ਕਲੀਆਲਾ ਕੇ ਪਾਣੀ ਵਾਲਾ ਕਲੀ ਵਾਲਾ ਵੀਰ ਢੇਰੀਆਂ ਤੇ ਗਲੀ ਪਾਓ ਜੀ ਕਲੀ ਵਾਲੇ ਵੀਰ ਦਾ ਧੰਨਵਾਦ ਹੈ ਪਰਸੋਂ ਤੋਂ ਲੈ ਕੇ ਗਰਾਊਂਡ ਦੇ ਵਿੱਚ ਯੋਗੇ ਕਲੀ ਦੀਆਂ ਸਲਾਮਾਂ ਦੇ ਰਹੇ ਨੇ ਗੱਗੇ ਇਹ ਜਿਹੜਾ ਟੂਰਨਾਮੈਂਟ ਹੈ ਪਹਿਲਾ ਸ਼ਾਨਦਾਰ ਕਬੱਡੀ ਅਤੇ ਫੁੱਟਬਾਲ ਖੇਡ ਮੇਲਾ ਬਾਬਾ ਫੂਲ ਜੀ ਦੀ ਕਿਰਪਾ ਦੇ ਨਾਲ ਸ਼ੁਰੂ ਹੋਇਆ ਤੇ ਸਵਰਗਵਾਸੀ ਅਮਨਦੀਪ ਮਾਨ ਬੈਡਮਿੰਟਨ ਖਿਡਾਰੀ ਸਵਰਗਵਾਸੀ ਰਣਜੀਤ ਸਿੰਘ ਦਿੱਕੀ ਕਬੱਡੀ ਖਿਡਾਰੀ ਸਵਰਗਵਾਸੀ ਰਾਜਵਿੰਦਰ ਸਿੰਘ ਰਾਜ ਕਬੱਡੀ ਖਿਡਾਰੀ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ ਇਹ ਕਬੱਡੀ ਦਾ ਟੂਰਨਾਮੈਂਟ ਉਧਰ 365 ਕਬੱਡੀ .com ਦੇ ਨਾਲ ਸਾਡੇ ਵੀਰ ਜਿਹੜੇ ਕੈਨੇਡਾ ਦੇ ਵਿੱਚ ਡੈਨਮਾਰਕ ਦੇ ਵਿੱਚ ਬੈਠੇ ਨੇ ਉਹ ਜੁੜ ਚੁੱਕੇ ਨੇ ਬਾਈ ਬਲਪਿਆਰ ਸਿੰਘ ਜੀ ਡੈਨਮਾਰਕ ਸੁਖਪਿਆਰ ਸਿੰਘ ਡੈਨਮਾਰਕ ਹਰਦੀਪ ਫੁੱਲ ਕੈਨੇਡਾ ਬਿਕਰਮਜੀਤ ਬੇਦੀ ਆਸਟ੍ਰੇਲੀਆ ਗੁਰਤੇਜ ਸਿੰਘ ਢਿੱਲੋਂ ਕੈਨੇਡਾ ਰਵੀ ਕੈਨੇਡਾ ਜੋ ਕਿ ਖਾਲਸਾ ਸਾਹਿਬ ਨੇ ਜਿੰਦਰ ਸਿੰਘ ਢਿੱਲੋਂ ਕੈਨੇਡਾ ਸੁਖੀ ਸਿੱਧੂ ਕੈਨੇਡਾ ਵਾਲਾ ਸਾਡਾ ਵੀਰ ਗੁਰਜੰਟ ਆਲਖ ਕੈਨੇਡਾ ਗੁਰਮੀਤ ਸਿੰਘ ਐਨ ਆਰ ਆਈ ਰਮਨਦੀਪ ਸਿੰਘ ਗਿੱਲ ਐਨ ਆਰ ਆਈ ਨਵਜੀਤ ਸਿੰਘ ਜੀਤੀ ਕੈਨੇਡਾ ਬਿੰਦਰ ਮੱਲੀ ਨਾਰਵੇ ਵਾਲਾ ਸਾਡਾ ਵੀਰ ਅਮਰੀਕਾ ਸਵਰਗਵਾਸੀ ਸਰਦਾਰ ਦਰਸ਼ਨ ਸਿੰਘ ਜੀ USA ਔਰ ਸਰਦਾਰ ਦਰਸ਼ਨ ਸਿੰਘ ਜੀ ਦੰਦੀਵਾਲ ਹਾਂਗਕੋਂਗ ਕੁਲਜੀਤ ਸਿੰਘ ਜੀ UAE ਵਰਿੰਦਰ ਸਿੰਘ ਨਿਊਜ਼ੀਲੈਂਡ ਮਨਦੀਪ ਸਿੰਘ ਢਿੱਲੋਂ ਨਿਊਜ਼ੀਲੈਂਡ ਕਮਲ ਆਲਖ ਨਿਊਜ਼ੀਲੈਂਡ ਹਰਦੀਪ ਸਿੰਘ ਸਿੰਘਾਪੁਰ ਸੁਖਪਾਲ ਜਟਾਣਾ ਕੈਨੇਡਾ ਵਾਲਾ ਸਾਡਾ ਵੀਰ ਦਿਲਪ੍ਰੀਤ ਆਸਟ੍ਰੇਲੀਆ ਜਿਹੜੀ ਭੁੱਲਰ ਕੈਨੇਡਾ ਗੁਰਪ੍ਰੀਤ ਆਸਟ੍ਰੇਲੀਆ ਇਹ ਸਾਡੇ ਅੱਜ ਦੇ ਜਿਹੜੇ ਮੈਚ ਹੋ ਰਹੇ ਨਾ ਲਾਈਵ ਕਬੱਡੀ 365.com ਦੇ ਨਾਲ ਜੁੜ ਚੁੱਕੇ ਆ ਸਾਰੇ ਵੀਰ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਡੀ ਪ੍ਰਬੰਧਕ ਕਮੇਟੀ ਦੇ ਵੱਲੋਂ ਲੈ ਵੀ ਘੰਟੇ ਬੰਨੇ ਵਾਲੇ ਵੀਰੇ ਜਿਹੜੇ ਖਿਡਾਰੀ ਅਜੇ ਤੱਕ ਨਹੀਂ ਆਏ ਉਹ ਜਲਦੀ ਗਰਾਊਂਡ ਦੇ ਵਿੱਚ ਆ ਜਾਓ ਮੈਚ ਜਿਹੜਾ ਸ਼ੁਰੂ ਹੋਣ ਲੱਗਿਆ ਨਾਲ ਲੈ ਵੀ ਗੱਗੇ ਅੱਜ ਮੇਰੀ ਬੇਨਤੀ ਆ ਤੁਹਾਨੂੰ ਦੋਨਾਂ ਵੀਰਾਂ ਨੂੰ ਜਿਹੜੇ ਵੀਰਾਂ ਦੀ ਡਿਊਟੀ ਆ ਨਾ ਆਪਣੇ ਉਹੀ ਗਰਾਊਂਡ ਦੇ ਵਿੱਚ ਆਉਣਗੇ ਬਾਕੀ ਮੇਰੀ ਬੇਨਤੀ ਨੌਜਵਾਨ ਵੀਰਾਂ ਨੂੰ ਹੈ ਉਹ ਪਾਸੇ ਬੈਠ ਕੇ ਜਿਹੜੇ ਮੈਚਾਂ ਦਾ ਆਨੰਦ ਮਾਣਨਗੇ ਜਿਨ੍ਹਾਂ ਦੀ ਗਰਾਊਂਡ ਵਿੱਚ ਕੋਈ ਡਿਊਟੀ ਨਹੀਂ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਮੋਦਨ ਸਿੰਘ ਜੀ ਠੇਕੇਦਾਰ ਜੀਤੇ ਵਾਲੇ ਉਹਨਾਂ ਦੇ ਨਾਲ ਸਾਡੇ ਲਛਮਣ ਸਿੰਘ ਜੀ ਢਿੱਲੋਂ ਔਰ ਸਰਦਾਰ ਹਰਦੇਵ ਸਿੰਘ ਜੀ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਸਾਡੀ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਵੀਰ ਹੈ ਉਹਨਾਂ ਨੂੰ ਸਕਾਊਟ ਕਰਕੇ ਲੈ ਕੇ ਆਉਣਗੇ ਦੋਨੇ ਟੀਮਾਂ 80 ਕਿਲੋ ਦੇ ਪਹਿਲੇ ਮੈਚ ਨੂੰ ਜੋ ਕਿ ਖਿਡਾਰੀਆਂ ਦੀ ਜਾਣ ਪਹਿਚਾਣ ਕਰਨ ਦੇ ਵਾਸਤੇ ਆਸ਼ੀਰਵਾਦ ਦੇਣ ਦੇ ਵਾਸਤੇ ਗਰਾਊਂਡ ਦੇ ਵੱਲ ਵਧਦੇ ਨੇ ਮੋਦਨ ਸਿੰਘ ਜੀ ਜੀ ਦਾ ਠੇਕੇਦਾਰ ਸਾਹਿਬ ਉਹਨਾਂ ਦੇ ਨਾਲ ਲਛਮਣ ਸਿੰਘ ਜੀ ਢਿੱਲੋਂ ਸਾਹਿਬ ਉਹਨਾਂ ਦੇ ਨਾਲ ਸਾਡੇ ਕਲੱਬ ਦੇ ਪ੍ਰਧਾਨ ਸਰਦਾਰ ਹਰਦੇਵ ਸਿੰਘ ਜੀ ਉਹਨਾਂ ਦੇ ਨਾਲ ਸਾਡੇ ਕਲੱਬ ਦੇ ਖਜ਼ਾਨਚੀ ਉਹਨਾਂ ਦੇ ਨਾਲ ਸਾਡੀਆਂ ਮਾਨਯੋਗ ਸ਼ਖਸੀਅਤਾਂ ਦਾਨੀ ਸੱਜਣ ਸਾਡੇ ਨੌਜਵਾਨ ਵੀਰ ਸਾਰੇ ਵੀਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲਾਵੀ ਬਾਈ ਭੈਣੀ ਬਾਈ ਅਤੇ ਘੰਡੇ ਬਣੇ ਵਾਲੇ ਹੋ ਦੋਨੇ ਟੀਮਾਂ ਲਾਈਨ ਅਪ ਹੋ ਜਾਣਗੀਆਂ ਕਿਉਂਕਿ ਸਾਡੇ ਅੱਜ ਦੇ ਮਹਿਮਾਨ ਪਹੁੰਚ ਗਏ ਨੇ ਅਸੀਂ ਜੀਆਂ ਨੂੰ ਆਖਦੇ ਹਾਂ ਧੰਨ ਧੰਨ ਬਾਬਾ ਫੂਲ ਜੀ ਦੀ ਬੜੀ ਕਿਰਪਾ ਹੋਈ ਹੈ ਅੱਜ 80 ਕਿਲੋ ਦੇ ਮੈਚ ਦੇ ਖਿਡਾਰੀਆਂ ਦੀ ਜਾਣ ਪਹਿਚਾਣ ਕਰਨ ਦੇ ਵਾਸਤੇ ਸਾਡੇ ਅੱਜ ਦੇ ਮਹਿਮਾਨ ਹੈਲੋ ਮਹਿਮਾਨ ਬਾਈ ਮੈਂ ਬੇਨਤੀ ਕਰਦਾ ਵੀ ਜਿਹੜਾ ਸਾਡੇ ਸਾਊਂਡ ਵਾਲੇ ਵੀਰ ਨੂੰ ਵੀ ਜਿਹੜਾ ਸੈਕਿੰਡ ਕਾਰਡ ਲਸਾ ਉਹ ਪਲੀਜ਼ ਸਾਨੂੰ ਦੇ ਦਿਓ ਕਿਉਂਕਿ ਜਿਹੜਾ ਜੁਆਇੰਟ ਹੁਣ ਸਾਡੇ ਮਿੱਤਰਾਂ ਨੇ ਦੱਸਿਆ ਵੀ ਜਿਹੜੀ ਕਮੈਂਟਰੀ ਕਰ ਰਹੀਆਂ ਧੰਨਵਾਦ ਆ ਮਿੱਤਰਾਂ ਦਾ ਆਓ ਜੀ ਕਲਦੀਪ ਨੇ
ਸਰਦਾਰ ਮੋਦਰ ਸਿੰਘ ਜੀ ਦਾ ਠੇਕੇਦਾਰ ਹੈਲੋ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਹੈ ਵੀ ਸਟੇਜ ਤੇ ਸੰਪਰਕ ਕਰੇ ਹਰਦੀਪ ਬਾਈ ਮਿੱਟੀ ਦੇ ਨਾਲ ਸਟੇਜ ਤੇ ਸੰਪਰਕ ਕਰੇ ਕਾਂਤੀ ਤਾਜੋ ਜੀ ਪੁੱਜ ਰਹੇ ਆ ਵੀਰੇ ਗਰਾਊਂਡ ਦੇ ਵਿੱਚ ਕਾਂਤੀ ਤੇ ਦੀਪੂ ਅਗਲੀ ਰਨਿੰਗ ਕਮੈਂਟਰੀ ਕਰਨਗੇ ਵੀਰੇ ਮੈਂ ਬੇਨਤੀ ਕਰੂੰਗਾ ਕਿਉਂਕਿ ਮੈਨੂੰ ਕਾਫੀ ਟਾਈਮ ਹੋ ਗਿਆ ਲੱਗੇ ਨੂੰ ਪਲੀਜ਼ ਥੋੜ੍ਹੀ ਜੀ ਜ਼ਿਆਦਾ ਲੱਕੀ ਲਹਿਰਾਂ ਤੇ ਕਾਲਾ ਭੁੰਦਣ ਵਾਲੇ ਆ ਜਾਣ ਕਾਂਤੀ ਵੀਰੇ ਠੀਕ ਹੈ ਨਾ ਤੁਸੀਂ ਅੱਜ ਫਿਰ ਮੈਂ ਰੈਸਟ ਤੇ ਹੋ ਜੂੰਗਾ ਨਾ ਕਿਉਂਕਿ ਦੋ ਕੁ ਮੈਚਾਂ ਦੀ ਰੈਸਟ ਦੇ ਦਿਓ ਆਓ ਜੀ ਸਰਦਾਰ ਮੋਦਨ ਸਿੰਘ ਜੀ ਦਾ ਠੇਕੇਦਾਰ ਮੈਂ ਪਹਿਲਾਂ ਵੀ ਦੱਸਿਆ ਵੀ ਬਹੁਤ ਸਾਰੇ ਟੂਰਨਾਮੈਂਟ ਕਰਵਾਏ ਨੇ ਯੀਦੇ ਪਿੰਡ ਦੇ ਵਿੱਚ ਦਬੜੀ ਖਾਨੇ ਦੇ ਵਿੱਚ ਖੇਮੂਆਣਾ ਜੰਡਾ ਵਾਲਾ ਸਾਡੇ ਏਰੀਏ ਦਾ ਮਾਣ ਹੈ ਸਰਦਾਰ ਲਛਮਣ ਸਿੰਘ ਜੀ ਢਿੱਲੋਂ ਸਾਹਿਬ ਅੱਜ ਸਾਡੇ ਦਰਮਿਆਨ ਪਹੁੰਚੇ ਨੇ ਧੰਨ ਧੰਨ ਬਾਬਾ ਫੂਲ ਯਵਕ ਸਵਾਮਾ ਸਪੋਰਟਸ ਕਲੱਬ ਦੇ ਵੱਲੋਂ ਉਹਨਾਂ ਦੇ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਔਰ ਖਿਡਾਰੀਆਂ ਦੇ ਨਾਲ ਮਾਨ ਸਟੂਡੀਓ ਵਾਲਾ ਸਾਡਾ ਵੀਰ ਇੱਕ 365 ਵਾਲੇ ਵੀਰ ਯਾਦਗਰੀ ਫੋਟੋ ਕਰ ਰਹੇ ਨੇ ਕਿ ਹਨੇਰੀਆਂ ਵੀ ਅੱਗੇ ਚਲੀਆਂ ਜਾਂਦੀਆਂ ਨੇ ਤੂਫਾਨ ਵੀ ਅੱਗੇ ਚਲੇ ਜਾਂਦੇ ਨੇ ਠੀਕ ਹੈ ਜੀ ਹਨੇਰੀਆਂ ਵੀ ਅੱਗੇ ਚਲੀਆਂ ਜਾਂਦੀਆਂ ਨੇ ਤੂਫਾਨ ਵੀ ਅੱਗੇ ਚਲੇ ਜਾਂਦੇ ਨੇ ਬਸ ਯਾਦਾਂ ਹੀ ਰਹਿ ਜਾਂਦੀਆਂ ਨੇ ਇਨਸਾਨ ਵੀ ਅੱਗੇ ਚਲੇ ਜਾਂਦੇ ਨੇ ਆ ਜਿਹੜੇ ਵੀਰ ਜਾਲ ਤੇ ਧੱਕਾ ਲਾਈ ਬੈਠੇ ਥੋੜਾ ਥੋੜਾ ਪਿੱਛੇ ਹੋ ਜਾਓ ਬਾਈ ਜਾਲ ਵਾਲੇ ਵੀਰ ਛਾਵੇਂ ਆ ਜਾਓ ਮੇਰੇ ਵੀਰ ਇੱਧਰ 15 15.5 ਜਿਹੜੀ ਟੀਮ ਦੇ ਪਹਿਲਾ ਪੁਆਇੰਟ ਹੋ ਗਏ ਸਾਡੇ ਅਮਰੀਕ ਸਿੰਘ ਜੀ ਫੂਲ ਸਾਹਿਬ ਅੰਕਲ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਵੀ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਪਹੁੰਚੇ ਹੈ ਆਓ ਜੀ ਅਗਲਾ ਜਿਹੜਾ ਮੈਚ ਹੈ ਜੀ ਬਦਰਾ ਤੇ ਬਾਬਾ ਸਿੱਧ ਸੇਲਬਰਾ ਇਹ ਦੋਨੇ ਟੀਮਾਂ ਆ ਜਾਣ ਗਰਾਊਂਡ ਦੇ ਵਿੱਚ ਆ ਵੀ ਕਾਂਤੀ ਨੌਜਵਾਨਾਂ ਕਰ ਫਿਰ ਅਗਲੀ ਗੱਲ ਇਸ ਮੈਚ ਦੀ ਹੈਲੋ ਹਾਂਜੀ ਬਹੁਤ ਬਹੁਤ ਧੰਨਵਾਦ ਦੀਪੂ ਜੀ ਸਾਡਾ ਸਤਿਕਾਰਯੋਗ ਵੀਰ ਡੈਰੇ ਦੇ ਬਿਰਾਜਮਾਨ ਮੇਰੇ ਜਿੰਨੇ ਵੀ ਪੰਜਾਬੀ ਵੀਰ ਬਾਬਾ ਫੂਲ ਦੀ ਪਾਵਨ ਪਵਿੱਤਰ ਧਰਤੀ ਹੈ ਕਹਿੰਦੇ ਟਾਈਮ ਦੇ ਦੇਸ਼ ਨੂੰ ਜਦੋਂ ਸਹਾਰਾ ਨਹੀਂ ਸੀ ਪਿਤਾ ਦੁਬਾਰਾ ਮੈਂ ਮਾਤਾ ਗੁਜਰੀ ਜੀ ਸਰਹੰਦ ਵਿੱਚ ਗੁਜਰੀ ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤਰ ਬਖਸ਼ੇ ਪਰਮਾਤਮਾ ਨੇ ਜੋੜਾ ਜੋੜਾ ਕਰਕੇ ਵਾਰਿਆ ਮੈਂ ਸਿੰਘੋ ਸਹਿਣ ਸਾਣਾ ਆਖੋ ਕਿਸ਼ਤਾ ਨਾਲ ਮੈਂ ਕਰਜੋ ਉਤਾਰਿਆ ਮੈਂ ਦਾਇਰੇ ਤੇ ਜਿੰਨੀ ਵੀ ਸੰਗਤ ਬੈਠੀ ਆ ਇੱਕ ਵਾਰੀ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਬਖਸ਼ਾ ਬੁਲੰਦ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਦੇਖਦਾ ਵੀ ਬਾਬਾ ਫੂਲ ਦੀ ਧਰਤੀ ਇਸ ਨਗਰ ਦੇ ਵਿੱਚ ਕਿਉਂਕਿ ਸਾਡੇ ਮਿੱਤਰਾਂ ਨੂੰ ਦੱਸ ਦਈਏ ਨੌਜਵਾਨਾਂ ਨੂੰ ਵੀ ਕਿਉਂਕਿ ਇਹ ਇਤਿਹਾਸਕ ਨਗਰ ਹੈ ਜਿੱਥੇ ਕਿਉਂਕਿ ਸਾਰਿਆਂ ਨੂੰ ਪਤਾ ਲੱਗਾ ਬਾਬਾ ਫੂਲ ਜੀ ਦੇ ਕਹਿੰਦੇ ਮੈਂ ਉਹਨੂੰ ਦੱਸਿਆ ਵੀ ਜਿੱਥੇ ਉਹਨਾਂ ਦੇ ਪੁੱਤਰਾਂ ਦੇ ਵਿੱਚ ਤਰਲੋਕਾ ਤੇ ਰਾਮ ਤੇ ਰਘੂ ਦੋ ਵਿਆਹ ਸੀ ਬਾਬਾ ਫੂਲ ਜੀ ਦੇ ਇਹ ਵੱਡੀ ਕੁਰਬਾਨੀ ਵਾਲੀ ਗੱਲ ਨੌਜਵਾਨੋ ਕਹਿੰਦੇ ਮਾਨਯੋਗ ਸੋਨੂੰ ਦੱਸੀਏ ਵੀ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਕਿਉਂਕਿ ਵੱਡੇ ਸਾਹਿਬਜ਼ਾਦੇ ਸ਼ਹੀਦੀ ਪ੍ਰਾਪਤ ਕੀਤੀ ਤਾਂ ਇਸ ਨਗਰ ਦੇ ਬਾਬਾ ਫੂਲ ਜੀ ਦੇ ਪੁੱਤਰ ਰਾਮ ਸਿੰਘ ਨੇ ਉਹਨਾਂ ਦਾ ਜਿਹੜਾ ਸੰਸਕਾਰ ਕੀਤਾ ਸੀਗਾ ਉਸ ਤੋਂ ਬਾਅਦ ਜਦੋਂ ਛੋਟੇ ਨੂੰ ਨੀਹਾਂ ਦੇ ਵਿੱਚ ਨਾਇਆ ਤਾਂ ਬਾਬਾ ਫੂਲ ਜੀ ਦੇ ਪੁੱਤਰੇ ਨੇ ਆਲਾ ਸਿੰਘ ਨੇ ਕਿਉਂਕਿ ਜਿਹੜਾ ਨਾਲ ਜਿੱਥੋਂ ਮੈਨੂੰ ਦੱਸਿਆ ਜੱਸਾ ਸਿੰਘ ਆਲੂਵਾਲੀਆ ਤੇ ਬੰਦਾ ਸਿੰਘ ਬਹਾਦਰ ਦੇ ਨਾਲ ਲੜਕੇ ਉਹ ਸੂਬਾ ਸਰਹੰਦ ਨੂੰ ਜਿਹੜਾ ਮਾਰਿਆ ਸੀ ਇਸ ਨਗਰ ਦੀ ਜਿਹੜੀ ਖਾਸੀਅਤ ਸੱਤੀ ਜੀ ਕਿਉਂਕਿ ਜਿਹੜਾ ਇਤਿਹਾਸ ਵੀ ਦੱਸਦਾ ਇਹ ਬਾਬਾ ਫੂਲ ਜੀ ਦੀ ਕਿਰਪਾ ਗਈ ਕਿਉਂਕਿ ਇਤਿਹਾਸਕ ਨਗਰ ਦਾ ਚਰਨ ਸੋ ਧਰਤੀ ਹੈ ਇਹ ਸੁਣ ਮੈਂ ਦੱਸਿਆ ਵੀ ਇੱਕ ਵਾਰੀ ਬਾਬਾ ਫੂਲ ਜੀ ਦੇ ਨਾਲ ਇਹ ਸਾਰੀ ਸੰਗਤ ਆਪਾਂ ਜ਼ੋਰਦਾਰ ਜਕਾਰਾ ਸੱਟਣ ਲੱਗੇ ਹਾਂ ਸਾਰੀ ਸੰਗਤ ਨੇ ਜਕਾਰੇ ਦਾ ਜਵਾਬ ਜਿਹੜਾ ਜਕਾਰੇ ਦੇ ਵਿੱਚ ਦੇਣਾ ਬੋਲੇ ਸੋਨਿਹਾਲ ਇਹ ਬਾਬਾ ਫੂਲ ਜੀ ਦੀ ਕਿਰਪਾ ਸਦਕਾ ਚ ਮੈਚਾਂ ਦਾ ਆਪਾਂ ਆਨੰਦ ਜਿਹੜਾ ਮਾਰ ਰਹੇ ਹਾਂ ਕਿਉਂਕਿ ਮੈਨੂੰ ਦੱਸਿਆ ਫੁੱਲਪੁਰੀ ਪਰਿਵਾਰ ਨੇ ਸਾਰਾ ਜਿਹੜਾ ਇਹ ਮੇਲਾ ਲੱਗਾ ਲਾਉਣਾ ਇਸ ਨਗਰ ਦੇ ਵਿੱਚ ਪਹਿਲਾਂ ਕਹਿੰਦੇ ਇਸ ਦਿਨ ਦਾ ਨਗਰ ਕੀਰਤਨ ਵਗੈਰਾ ਹੁੰਦਾ ਸੀਗਾ ਮਿੱਤਰਾਂ ਨੇ ਮੈਨੂੰ ਦੱਸਿਆ ਉਧਰ ਸਾਡੇ ਸਟੇਜ ਤੇ ਬਿਰਾਜਮਾਨ ਕਲੱਬ ਦੇ ਪ੍ਰਧਾਨ ਸਾਡੇ ਮੈਂ ਦੇਖਦਾ ਵੀ ਨਿੰਘ ਸਿੰਘ ਜੀ ਬੈਠੇ ਨੇ ਉਹਨਾਂ ਦਾ ਵੀ ਧੰਨਵਾਦ ਪੂਰੀ ਪ੍ਰਬੰਧਕ ਕਮੇਟੀ ਦਾ ਕਿਉਂਕਿ ਮੈਚ ਦੇ ਨਾਲ ਜੁੜਦੇ ਆ ਕੰਡਾ ਬੰਨੇ ਦੀ ਟੀਮ ਦਾ ਮੈਚ ਭੈਣੀ ਬਾਈਏ ਦੇ ਨਾਲ ਆਓ ਮੇਰੇ ਮਿੱਤਰੋ ਇੱਥੇ ਕਿਲ੍ਹਾ ਮਹਾਰਾਜਾ ਰਣਜੀਤ ਸਿੰਘ ਦੇ ਮੈਨੂੰ ਦੱਸਿਆ ਵੀ ਮਾਨਯੋਗ ਉਹਨਾਂ ਦੇ ਜਿੱਥੇ ਰਾਜਪੂਤ ਮਾਨਯੋਗ ਇਹ ਵੀ ਦੱਸਿਆ ਵੀ ਜਿਹੜਾ ਇਸ ਨਗਰ ਦੇ ਵਿੱਚ ਜਿਹੜਾ ਕਿਲ੍ਹਾ ਗਾ ਕਿਉਂਕਿ ਉਹ ਵੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਨਾਨਾ ਜੀ ਨੇ
राजपूत गजपत राय जी ने जिहड़ा एक किला सारा जिहड़ा किला गा इस नगर की क्योंकि जी लो आ मुंडा कबड्डी पा रहा भैनी भाई वालों डायरे से मेरी संगत बैठी है एन आर आई वीर का बड़ा सहयोग भाई मनु वर्गे घोड़े वर्गे नौजवान हनी वर्गे साढ़े सत्कारयोग मित्र है गुरविंदर वर्गे नौजवान क्योंकि मैं पूरी प्रबंधक कमेटी का नाम भी जरा इन्ना साझा मुन्ने वर्गे साढ़े यार यार हाँ जी हेलो दसा जी कि साढ़े दरम्यान लक्ष्मण सिंह जी दवड़ी खाना ठेकेदार साहब मोदन सिंह जी जीदा आड़तीया साहब उन्होंने 5000 रुपए का मान सम्मान साढ़े इस क्लब में दिता जी सो तह दिलों धन्यवाद इन्हों मान सम्मान के लिए फिर तो जी आया आखते हैं लक्ष्मण सिंह जी दवड़ी खाना ठेकेदार साहब मोदन सिंह जी जीदा आड़तीया साहब 5000 रुपए का मान सम्मान साढ़े क्लब में बहुत बहुत धन्यवाद है जी मास्टर रमनजीत सिंह जी रूप सिंह जी मास्टर जिन्होंने क्योंकि बहुत बढ़िया जिम्मेदारियां ग्राउंडां दी उन्हां दीआं ने सारा जिहड़ा स्कूल उन्होंने कोले है इधर मैं देखदा वी घंडा बनने वाला कुलदीप सिंह नौजवान अगले मैच नूं मैं बेनती करदा भी कृपा करके अगला मैच लगना बदरे दी टीम ते बाबा सिद्ध सेलवरा प्लीज दोनों टीमां ग्राउंड दे नेड़े आ जाण उस तों बाद गुरु सर जी जिउंदा इधर कबड्डी के मैचों का तुम आनंद मा रहे हो नौजवान मित्रों क्योंकि बहुत वधिया दो प्लेयर बाहरले पिंडां दे आ गा कहिंदे बाबू सिंह का पुत्र भैणी बाईए वाला मुंडा गगनदीप सिंह दो वीर कबड्डी खेडदा गोरे का छोटा वीर है एक पासे देखदा भी हुण गुट मुंडे ने फड़िया मारी थोड़ी जी खिचा ते गिट्टा जिहड़ा नौजवान ने चक के जफा लाता मारो ताड़ी भी मुंडे दे नाते जोरदार ते पॉइंट अपनी टीम दे लई जोड़दा होया आ मुंडा मास्टर रमनजीत सिंह का चेला गा नैशनल प्लेयर अपना गवांडी पिंडी आ जाता सत्तिया देख भी नौजवान आप देखते भी गोल्डनी शेलवरा वाला 26 तरीक भाई जीत वर्गे नौजवान जितों की कबड्डी 365 की वैबसाइट कले कले मैचों का आनंद जिहड़ा पूरे विदेशों के बखा रही है पर इधर मैं देखता भी जिहड़ा घंडा बने के शीरे तो जफा नहीं लग्या अगले मैच लई बदरे की टीम ते वाह सेलवरा नाल ही बेनती है भी साडे दर्शक वीरां नूं भी जाल नहीं किसी ने तकना प्लीज वो ध्यान दे उधर क्लब के प्रधान भाई हरदेव सिंह जी जटाणा उधर नवदीप सिंह जी मान केवल कृष्ण जी पट्ठे वाले सरप्रस्त ने जगतार सिंह जी चेयरमैन बलकरणजीत साडा वीर खजानची गुरदीप सिंह जी वुटर जिस नौजवान वधिया सरकारी जॉब मिली है वाहिगुरू की कृपा दे तरक्या सूरिया उधर बलवंत सिंह जी सिद्धू मानयोग दर्शन सिंह जी सोई अमरीक सिंह जी उधर साडे स्टेज पर विराजमान बहुत वधिया साडा वड्डा वीर भाई हरप्रीत सिंह जी मिट्टी जदों भी साडे मेहमान आउंदे आ कोई भी गैसट आउंदा उहनां नूं जी आया उहनां दे मित्रां दा बहुत बहुत धन्नवाद हरमन भाई गुरविंदर सिद्धू जगतार सिंह जी टाणा तेजपाल सिंह शर्मा जी जथेदार गुरचरण सिंह जी धर्मा भागला जी ने बहुत वधिया जानकारी जिथे बाबा फूल जी का इतिहास बारे मैनूं नौजवान ने जिहड़ी नॉलेज दित्ती है बहुत बहुत धन्नवाद है वीर दा उधर मास्टर रमनजीत सिंह जटाणा मोहन सिद्धू जी राजवीर जी राजू संदीप जी भाई दविंदर मान मनप्रीत मनु मानजो सुखी ते मुन्ना साडे प्रभ वर्गे मित्र उन्हां दा भी धन्नवाद लो कहिंदे भी गोल्डी सेलवरा वाला नौजवान अगे नूं वधिया होया जिथों दे हैप्पी दी गल कहिंदे हैप्पी ने कबड्डी दा तजर्बा इन्ना तगड़ा खेडिया कहिंदे भी हैप्पी दे आरंपरे वाला अमृत कबड्डी दे दो ऐसे रेडर सी नौजवानों जिन्होंने पूरे पंजाब दे विच अपनी जिहड़ी वक्खरी तहलका रखी लो 12 नंबर गेड़ दे विच अपनी टीम दे लई भैणी दी टीम दे लई एक अंक जिहड़ा जुड़दा होया अगले मैच दीआं टीमां नूं बदरे दी टीम नूं असीं बोल रहे हां बारी बारी प्लीज बदरे दी टीम ते बाबा सिद्ध सेलवरा बलप्यार ते गुरप्यार डेनमार्क दे विच बैठे साडे मित्र उन्हां दा धन्नवाद है हरदीप सिंह जी फुल कनेडा वाले जिन्हों प्यार नाल फुल आख दिंदे ने उह भी साडे नाल जुड़ चुके आ नाल मैं देखदा बिक्रमजीत सिंह जी बेदी गुरतेज सिंह ढिल्लो कनेडा रवि खालसा जी कनेडा तो जिंदर ढिल्लो जी कनेडा तो सुखी सिद्धू जी गुरजैन टौल कनेडा तो गुरमीत सिंह जी भाई रमनदीप सिंह नवदीप सिंह कनेडा बिंदर मल्ली नारवे तो स्वर्गवासी दर्शन सिंह जी यूएसए उन्हों का परिवार दर्शन दंदीवाल हांगकांग तो
कुलजीत सिंह जी यूए तो वरिंदर न्यूजीलैंड तो कमल औलख न्यूजीलैंड तो मनदीप सिंह जी ढिलों न्यूजीलैंड तो उधर रणदीप सिंह जी सिंगापुर तो भाई सुखपाल सिंह जी कनेडा दिलप्रीत आस्ट्रेलिया जेडी पुलर गुरप्रीत आस्ट्रेलिया उधर गुरमीत सिंह जी भी साडा वीर अमरजीत वर्गे भी जेडे भाई रूपे वाले साडे वीर भी जुड़ चुके हैं उधर साइप्रस के बैठा साडा नौजवान उन्होंने भी धन्यवाद है क्योंकि एन आर आई वीर मैचों का जगतार सिंह राणा जी उन्होंने भी धन्यवाद भाई अगले मैच लिए बदरे की टीम बदरे के प्लेयर बेनती है भी सिल्वरा ग्राउंड के आ गई भाई जे चलते मैच दौरान नहीं पहुंचते तो दूजी टीम को डेढ़ अंक दे दो जी बिल्कुल जी बिल्कुल बदरे वाले जे चलते मैच दौरान नहीं पहुंचते ना तो दूजी टीम को डेढ़ अंक का वाधा जी इधर मुंडा कहते फुटबाल का बहुत वधिया प्लेयर है महराज वाला जरा कबड्डी पा रहा कोई गुरप्रीत आख दिंदा कोई ढीरी आख दिंदा पर आ मुंडे नूं कुलदीप हुण देखदा वी घंडा बन्ने वाले का जफा लगू या ना पर एक पासे गिट्टा फड़िया सी पर दूजे पासे महराज पिंड वाला अपनी टीम दे लई मैं देखदा वी एक अंग जिहड़ा नौजवान भैणी दी टीम दे लई दो प्लेयर बाहरले पिंडां दे मेरे पंजाबी वीरो पता लगदा क्योंकि मैं दसां वी सारे नौजवान मित्रां नूं उधर साडा सत्कारयोग जिंदगी दा अजीज मित्र भाई गुरविंदर सिंह सिद्धू उहनां दे यार दोस्त गगन पुल्लर जी एसओआई मालवा जोन जनरल सकत्तर प्रदीप बठिंडे तो भाई साडा सत्कारयोग हरमन बठिंडे तो सत्ती पुच्चो जग्गा बठिंडो बठिंडे तो भाई मनदीप सिंह जी बड़िंग हरकरण ढिलो हरप्रीत ढिलो बठिंडे तो राणा रणदीप सिंह बठिंडा ये उन्होंने मित्र दोस्त है धन्यवाद लो सिल्वरा का गोल्ड ही कबड्डी पाउण दे लई वधिया होया मेरे पंजाबी वीरो डेरे के वड्डिया रौनक लगे ने उधर काला पौंदर के लखी लहरा नाल असर विद्यालपुरी वाला ते गुरमीत पैनी भाई अपना डबल टच हो गया घंटा बनने वाले देख भी मंदरा पॉइंट गोल्डी ने अपनी टीम के लिए जोड़िया इन्होंने नौजवानों के वड्डे सत्कार हाँ जी उधर डॉक्टर मेडिकल टीम साढ़े सत्कारयोगों का बहुत बहुत धन्यवाद डॉक्टर हरविंदर सिंह डॉक्टर बलवीर सिंह डॉक्टर मनजीत सिंह मेडिकल की फ्री सेवा डॉक्टर गोविंद सिंह डॉक्टर गुरप्रीत सिंह इन्हों का भी धन्यवाद करते हैं प्रैगमा हॉस्पिटल वाले का धन्यवाद जय शक्ति टेंट हाउस वाले का धन्यवाद मान स्टूडियो कबड्डी उधर डॉक्टर कौर जी डॉक्टर जगतार डॉक्टर इकबाल हाँ जी तीन मैचों की लिस्ट ही मेरे को आई है बदरे वाले आ गए भाई ठीक है भाई बहुत वधिया टीम है पंजाब की भुलर ने सानू दस्या भी बदरे की टीम उन्होंने सदे के विशेष तौर पर आई है धन्यवाद उस बाद गुरु साहब जलाल की टीम से ज्यौदा की टीम बेनती है भी वह भी टीम कृपा करके अपने अपने मैचों जी रेडी रहन इधरले पासे गगन ने देखो बगल भर के कहें भी जफा जरा लाया अपनी टीम के लिए अगले मैच की जी सीते ने विसल बजा दी है भी मैच जरा समाप्त है ला भी सीते मैंने स्कोर दसी भी घंटा बनने वाले मुंडिया के किन्ने पॉइंट आ भैनी वाले के किन्ने पॉइंट आ नोट करो जी जी घंटा बनी की टीम है उन्होंने पॉइंट साढ़े ग्यारह पॉइंट ने भैनी बाई की टीम के सोलह पॉइंट आ भैनी बाई जित गई इस मुकाबले चो मजनू वर्गे साढ़े भीर कौर रले तो साढ़ा जिंदगी का अजीज मित्र पाली सुखी चहल वर्गे उन्हों का भी धन्यवाद असं करते हैं साढ़े नौजवानों का बदरे की टीम का मुकाबला हूँ तुम देखना भी एक पास सिल्वरा नंबर है क्योंकि बदरा पूरे पंजाब के तेरह हजार अस्सी पिंडों के जिला बरनाले दक्षा मशहूर नगर रूड़े क्या को बदरा पिंड आ जाता जिन्हें पूरे पंजाब के तगड़े टूरनामेंटा के आतक रही है चहता नौजवानों भाई रूपे टूरनामेंट हो भाई गुरमीत वर्गे ने मस्त गुलजार सिंह वर्गे ने जसवंत वर्गे नौजवानों ने टूरनामेंट कराया जा कहते भी दो तरीक न धूरकोट के कबड्डी कप की गल या फिर तीन तरीक न उन्होंने नौजवानों की गल करिए आप तगड़े टूरनामेंट का प्रदर्शन रहा नौजवानों का पलाड़ा साहब के टूरनामेंट की गल बदरे की टीम का मैच सिल्वरा दे नाल आ संजू वर्गे नौजवान आ सिल्वरा वाले साढ़े वीर हैप्पी वर्गे लुद्र वर्गे उन्होंने का भी धन्यवाद आ दोनों नगर की खासियत उस तो बाद गुरु सर जलाल की टीम से ज्यौदा यह भी टीम जिहड़ियां रेडी रहन गुरु सर जलाल से ज्यौदा बाबा फूल की चरण सो धरती है इतिहासक नगर स्टेज के विराजमान मेरे पिता समान बजुर्ग नौजवान मेरे मित्र जिन्हों का वड्डा उपराला लै भी मौड़ आ ਸਾਡਾ ਲਈ ਫਿਰ ਆਪਾਂ ਟੀਮਾਂ ਦਾ ਕੱਲਾ ਕੱਲਾ ਵੀਰਵਾ ਜਿਹੜਾ ਸਾਂਝਾ ਕਰਾਈਏ ਹੈਲੋ ਉਧਰ ਸਾਡੇ ਨਾਲ ਕਬੱਡੀ 365.com ਦੇ ਜਰੀਏ ਸਾਡੇ ਬਾਈ ਮਣੀ ਸ਼ੇਰਗਿੱਲ ਜੀ ਜੁੜੇ ਨੇ ਜਿਨ੍ਹਾਂ ਨੇ 5100 ਦਾ ਮਾਨ ਸਨਮਾਨ ਸਾਡੇ ਕਲੱਬ ਨੂੰ ਦਿੱਤਾ ਹੈ
ਤੇ ਨਾਲ ਸਾਡਾ ਬਾਈ ਕਮਲ ਉਹ ਵੀ ਸਾਡੇ ਨਾਲ ਜੁੜਿਆ, ਇਹਨਾਂ ਨੇ 2100 ਰੁਪਏ ਦਾ ਮਾਨ ਸਨਮਾਨ ਦਿੱਤਾ ਹੈ। ਭਾਜੀ ਬਾਈ ਦੀਪੀ ਕੈਨੇਡਾ ਵਾਲਾ ਵੀ ਜੁੜਿਆ ਤੇ ਇਧਰ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਫੂਲ ਦੀ ਟੀਮ ਫਾਈਨਲ 'ਚ ਪਹੁੰਚ ਗਈ ਹੈ ਜੀ। 1 ਵਜੇ ਫਾਈਨਲ ਮੈਚ ਸਟਾਰਟ ਹੋਊਗਾ ਜੀ। ਵਧਾਈ ਦੀ ਪਾਤਰ ਹੈ ਬਾਬਾ ਫੂਲ ਜੁਗਤ ਸਿਵਾਵਾਂ ਕਲੱਬ ਫੂਲ ਦੀ ਟੀਮ ਜਿਹੜੀ ਫਾਈਨਲ 'ਚ ਪਹੁੰਚ ਗਈ ਹੈ ਜੀ। ਗੁਰੂਸਰ ਤੇ ਗੁਰੂਸਰ ਜਲਾਲ ਤੇ ਜੌਂਦ। ਹੈਲੋ, ਹਾਂਜੀ, ਉਧਰ ਬਾਈ ਕਮਲ ਪੂਨੇ ਦੇ ਵਿੱਚ ਬੈਠਾ ਸਾਡਾ ਮਿੱਤਰ, ਬਹੁਤ ਵਧੀਆ ਜ਼ਿੰਦਗੀ ਦਾ ਜੀਜ ਮਿੱਤਰਾ, ਮੈਨੂੰ ਦੱਸਿਆ ਵੀ ਉਹ ਵੀ 365 ਦਾ ਪੂਰਾ ਜੁੜ ਚੁੱਕਿਆ। ਹਰਪ੍ਰੀਤ ਨੇ ਦੱਸਿਆ, ਉਸ ਵੀਰ ਦਾ ਵੀ ਧੰਨਵਾਦ ਆ। ਸੇਲਵਰਾਂ ਦੀ ਟੀਮ ਆ ਜੀ, ਫੁੱਟਬਾਲ ਦੇ ਗਰਾਊਂਡ ਵਾਲੀ ਸਾਈਡ ਨੋਟ ਕਰੋ ਦੀ ਟੀਮ ਜਿਹੜੀ ਇਧਰਲੇ ਪਾਸੇ ਚਲੀ ਗਈ ਹੈ ਬਦਲੇ ਦੀ ਜੀ। ਪਹਿਲੀ ਕਬੱਡੀ ਅਮਨਦੀਪ ਸਿੰਘ ਅੱਗੇ ਨੂੰ ਵਧਿਆ ਹੋਇਆ, ਦੁੱਲੇਵਾਲ ਦਾ ਅਮਨਾ ਕਹਿੰਦੇ ਸੈਦੋ ਵਾਲੇ ਬਲਜੀਤ ਦੇ ਨਾਲ ਭਾਈਆਂ ਤੋਂ ਵੱਧ ਕੇ ਪਿਆਰ ਹੈ, ਪਰ ਆਹ ਮੁੰਡਾ ਕਬੱਡੀ ਪਾ ਰਿਹਾ ਮੇਰੇ ਪੰਜਾਬੀ ਵੀਰੋ ਸ਼ੇਲਵਰਾ ਦਾ ਅਮਲਾ। ਇੱਧਰ ਕਹਿੰਦੇ ਵੀ ਮੈਂ ਦੇਖਦਾ ਵੀ ਸਗਣੀ ਦਾ ਜੱਫਾ ਲੱਗਦਾ, ਸਗਣੀ ਦਾ ਪਿੰਡ ਸਮਾਓ ਕੋਲੇ ਆਪਾਂ ਦੇਖਦੇ ਵੀ ਸੁੱਚਾ ਸਿੰਘ ਸੂਰਮੇ ਦਾ ਪਿੰਡ ਆ ਜਾਂਦਾ ਤੇ ਜੱਫਾ ਪਹਿਲਾਂ ਬਦਲੇ ਦੀ ਟੀਮ ਦੇ ਲਈ ਲੱਗਦਾ ਹੋਇਆ। ਡਰ ਤੇ ਮੇਰੇ ਬਜ਼ੁਰਗ ਆ, ਕਈ ਵਾਰ ਚਹਿਲ ਪਤਾ ਨੀ ਲੱਗਦਾ ਨੌਜਵਾਨਾਂ ਮਾਸਟਰ ਜੀ, ਕਿਉਂਕਿ ਦੋ ਪਲੇਅਰ ਬਾਹਰਲੇ ਪਿੰਡਾਂ ਦੇ ਖੇਡਦੇ ਆ, ਰੇਡਰ ਦਾ ਨਾਮ ਵੀ ਬੋਲਣਾ ਹੁੰਦਾ। ਆਹ ਮੁੰਡਾ ਹੈਗਾ ਗੁਰਪ੍ਰੀਤ ਸਿੰਘ ਠੀਕਰੀਵਾਲ ਵਾਲਾ ਪਿੰਡ ਵਾਲਾ, ਸੇਵਾ ਸਿੰਘ ਠੀਕਰੀਵਾਲ ਦਾ ਨਗਰ ਹੈ, ਕਿਉਂਕਿ ਉਹਨਾਂ ਨੌਜਵਾਨਾਂ ਦੀ ਆਪਾਂ ਗੱਲ ਕਰਦੇ ਹਾਂ ਜਲਾਲ ਦੀ ਟੀਮ ਤੇ ਜਿਉਂਦਾ ਅਗਲੇ ਅਗਲੇ ਮੈਚਾਂ ਲਈ ਕਿਰਪਾ ਕਰਕੇ ਉਹ ਜਿਹੜੀਆਂ ਰੈਡੀ ਨੇ ਆ ਗਏ ਨੇ ਖਿਡਾਰੀ, ਵੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ, ਦੇਖੋ ਬਾਡੀਆਂ ਸ਼ਿੰਗਾਰੀਆਂ, ਉਹ ਲੱਗਣਾ ਮੈਦਾਨ ਵਿੱਚ ਜੋਰ ਅੱਡੀ ਚੋਟੀ ਦਾ, ਕੌਡੀ ਤੋਹੀ ਦਾ ਬਣ ਜੇ ਜਿਹਨੂੰ ਗੱਡੀ ਦਾ। ਉੱਧਰ ਦੇਖ ਵੀ ਗਗਨ ਭੁੱਲਰ ਤੇਰੇ ਪਿੰਡ ਦਾ ਰੇਡਰ ਲੋਪੋ ਦੇ ਟੂਰਨਾਮੈਂਟ ਦੇ ਕਹਿੰਦੇ ਵੀ ਮੁੰਡੇ ਨੇ ਅੱਤ ਕਰਾਈ ਤੇ ਫਰਿੱਜ ਜਿੱਤਿਆ। ਜਦੋਂ 2 ਤਰੀਕ ਨੂੰ ਧੂਰਕੋਟ ਦਾ ਟੂਰਨਾਮੈਂਟ ਹੋਇਆ, ਕਹਿੰਦੇ ਲਾਲੀ ਨੰਬਰਦਾਰ ਦੇ ਨਾਲ ਜੁਆਇੰਟ ਰਹਿ ਕੇ ਨੌਜਵਾਨ ਨੇ, ਇਹ ਖਿਡਾਰੀਆਂ ਨੇ ਮੋਡੀਫਾਈ ਸਕੂਟਰ ਜਿੱਤੇ, ਜਿਹੜਾ ਨੌਜਵਾਨ ਪੁਆਇੰਟ ਲੈ ਕੇ ਵਾਪਸ ਆਉਂਦਾ ਹੋਇਆ। ਅਗਲੇ ਮੈਚ ਲਈ ਨਾਲ ਹੀ ਟੀਮ ਨੂੰ ਬੇਨਤੀ ਹੈ ਵੀ ਕਿਰਪਾ ਕਰਕੇ ਸਾਡੇ ਗੁਰੂਸਰ ਜਲਾਲ ਦੇ ਜਿਉਂਦਾਂ ਦੀਆਂ ਟੀਮਾਂ ਉਹ ਵੀ ਗਰਾਊਂਡ ਦੇ ਜਿਹੜੇ ਨੇੜੇ ਰਹਿਣ। ਸਾਰੀ ਮੈਡੀਕਲ ਟੀਮ ਦਾ ਧੰਨਵਾਦ, ਸਾਰੇ ਰੈਫਰੀਆਂ ਦਾ ਧੰਨਵਾਦ, ਪ੍ਰਗਟ ਢਿੱਲਵਾਂ ਜੀ, ਸਾਡੇ ਜੱਸੀ ਮਾਸਟਰ ਜੀ, ਨਾਲ ਸੂਬਾ ਜੀ, ਨਿੰਮਾ ਜੀ, ਅਸ਼ੋਕ ਜੈਤੋ ਜੀ, ਡੋਗਰ ਭੀਕੀ ਜੀ, ਬਾਈ ਸਾਡੇ ਨੌਜਵਾਨ ਭਿੰਦਰ ਵਰਗੇ ਜਿਹਨੇ ਵੀ ਰੈਫਰੀ ਆ, ਧੰਨਵਾਦ ਸਾਰੇ ਵੀਰਾਂ ਦਾ ਅਸੀਂ ਕਰਦੇ ਹਾਂ। ਸੀਰਾ ਪਾਲ ਜੀ ਆ ਕਹਿੰਦੇ ਨੰਬਰਦਾਰਾਂ ਦਾ ਮੁੰਡਾ ਹੈਗਾ ਲਾਲੀ ਨੰਬਰਦਾਰ, ਬਹੁਤ ਵਧੀਆ ਰੇਡਰਾਂ ਨੌਜਵਾਨ। ਮੈਂ ਦੇਖਿਆ ਵੀ ਜਦੋਂ ਲਾਲੀ ਤੇ ਸਤਗੁਰ ਤੇ ਨਿੱਕਾ ਬਦਰੇ ਦੀ ਟੀਮ ਦੇ ਤਿੰਨੇ ਰੇਡਰ ਕਬੱਡੀਆਂ ਪਾਉਣ ਤਾਂ ਮੈਦਾਨਾਂ ਦੇ ਵਿੱਚ ਜਾਫੀ ਸੋਚਣ ਲਈ ਮਜਬੂਰ ਹੋ ਜਾਂਦੇ ਆ ਵੀ ਕਿਹੜੇ ਰੇਡਰ ਕਿਹੜੀ ਤਕਨੀਕ ਨਾਲ ਆਕਾਸ਼ ਰੱਖੀਏ। ਇਹ ਤਿੰਨੇ ਰੇਡਰ ਨੇ ਮੁੰਨਾ ਸਾਡਾ ਸਤਿਕਾਰਯੋਗ ਕਾਲੇ ਵਰਗੇ ਵੀਰ, ਉਹਨਾਂ ਦੀਆਂ ਜ਼ਿੰਮੇਵਾਰੀਆਂ ਰਹੀ। ਇੱਧਰ ਕਹਿੰਦੇ ਮੌੜ ਜੱਫਾ ਲਾ ਰਿਹਾ ਪਰ ਮੌੜ ਤੋਂ ਜੱਫਾ ਨਹੀਂ ਲੱਗਿਆ, ਠੀਕਰੀਵਾਲ ਦਾ ਗੁਰਪ੍ਰੀਤ ਸਿੰਘ ਜਿੱਥੋਂ ਦੇ ਚੀਨੇ ਵਰਗੇ ਸੁੱਖੇ ਵਰਗੇ ਆ, ਬਿੱਟੂ ਆਸਟ੍ਰੇਲੀਆ ਦੇ ਵੀ ਬੈਠਾ, ਕਬੱਡੀ ਦਾ ਬਹੁਤ ਤਕੜਾ ਜਾਫੀ ਸੀ ਮੰਨੋ। ਉਹਨਾਂ ਦੇ ਨਗਰ ਦੇ ਆਪਾਂ ਪਲੇਅਰਾਂ ਦੀ ਗੱਲ ਕਰਦੇ ਹਾਂ, ਬਾਈ ਤਾਂ ਵਰਗੇ ਹਾਂਗਕਾਂਗ ਤੋਂ ਉਹਨਾਂ ਦਾ ਵੀ ਧੰਨਵਾਦ ਹੈ। ਗੁਰਦੀਪ ਸਿੰਘ ਜੀ ਫੁੱਲੇ ਵਾਲੀ ਆ, ਡਬਈ ਤੋਂ ਮੰਦਰ ਵਰਗੇ ਜੰਗੀ ਆਣੇ ਵਾਲੇ, ਪਰ ਇਧਰਲੇ ਪਾਸਿਆ ਠੀਕਰੀਵਾਲ ਦਾ ਨੌਜਵਾਨ ਇੱਕ ਅੰਕ ਹੋਰ ਜੁੜਦਾ ਹੋਇਆ। ਅਮਨੇ ਦੀ ਪਈ ਹੋਈ ਕਬੱਡੀ ਦੇਖ ਵੀ ਜਾਦੂ ਭਾਈ ਰੁਪਏ ਵਾਲਿਆ, ਕਿਉਂਕਿ ਤੂੰ ਵੀ ਤਕੜਾ ਖੇਡਿਆ, ਪਰ ਇੱਧਰ ਗੱਲ ਆਪਾਂ ਹੁਣ ਦੇਖਦੇ ਵੀ ਇੱਕ ਪਾਸੇ ਅਮਨਦੀਪ ਸਿੰਘ ਸੇਲਵਰਾ ਵਾਲਾ ਇੱਕ ਅੰਕ ਜਿਹੜਾ ਹੋਰ ਜੁੜਦਾ ਹੋਇਆ। ਲੈ ਵੀ ਨਿੱਕਿਆ ਪਾ ਕਬੱਡੀ, ਬਹੁਤ ਵਧੀਆ ਪਲੇਅਰ, ਇਹ ਕਹਿੰਦੇ ਸਾਡਾ ਸਤਿਕਾਰਯੋਗ ਵੀਰ ਹੈ ਬੈਲੀ ਬਰਨਾਲਾ ਜੀ, ਇਹਨਾਂ ਦਾ ਕਬੱਡੀ ਕੋਚ ਹੈ, ਕਿਉਂਕਿ 1 ਮਹੀਨੇ ਦੀ ਤਿਆਰੀ ਨਾਲ ਕੋਈ ਪਲੇਅਰ ਦੀ ਨੌਜਵਾਨ ਉਹ ਗੇਮ ਨਹੀਂ ਬਣਦੀ। ਲਗਾਤਾਰ 5 ਸਾਲ ਹੋ ਗਏ ਇਹ ਵਧਰੇ ਦੀ ਟੀਮ ਨੂੰ ਟ੍ਰੇਨਿੰਗ ਦਿੰਦੇ ਬੈਲੀ ਬਰਨਾਲਾ ਦੀ ਦੇਣ ਸਦਕਾ ਟੀਮ ਜਿਹੜੀ ਅੱਜ ਮੈਂ ਦੇਖਦਾ ਪੂਰੇ ਪੰਜਾਬ ਦੇ ਵਿੱਚ ਮੰਨੀ ਪ੍ਰਮੰਨੀ ਟੀਮ ਇਹ ਪੰਜਾਬ ਦੇ ਸਾਰੇ ਜ਼ਿਲ੍ਹੇ ਖੇਡਦੀ ਹੈ। ਬਦਰੇ ਵਾਲਾ ਨੌਜਵਾਨ, ਇਹਨੂੰ ਮੌੜ ਕਹਿੰਦੇ ਨੇ, ਨਾਲ ਸੀਪਾ ਦੇਖਦਾ ਮੈਂ ਬਦਰੇ ਵਾਲਾ, ਬਹੁਤ ਵਧੀਆ ਨੌਜਵਾਨ, ਮੋਡੀਫਾਈ ਸਕੂਟਰ ਜਿੱਤਣ ਵਾਲਾ ਗਿਆਨੀ ਆ। ਉਹ ਨੌਜਵਾਨ ਦੇਖ ਵੀ ਜਿਹੜਾ ਵਿੱਚ ਆਪਾਂ ਪੀਲੀ ਨਿਕਰ ਵਾਲਾ ਦੇਖਦੇ ਹਾਂ, ਲਾਲੀ ਨੰਬਰਦਾਰ ਅੱਗੇ ਹੋਇਆ। ਕਬੱਡੀ 365 ਦੀ ਪੂਰੀ ਟੀਮ ਵੱਲੋਂ ਸਾਰੇ NRI ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ, ਸਾਰਿਆਂ ਨੂੰ ਜੀ ਆਇਆ, ਸਾਰਿਆਂ ਦਾ ਤੈਂਦਰੋ ਤਰਵਾ ਡਬਲ ਟੱਚ ਹੋਣ ਦੀ ਪੂਰੀ ਸੰਭਾਵਨਾ। ਸੰਜੂ ਤੋਂ ਜੱਫਾ ਨਹੀਂ ਲੱਗਿਆ ਸੇਲਵਰਾ ਵਾਲੇ ਤੋਂ, ਪਰ ਇੱਕ ਪਾਸੇ ਪੁਆਇੰਟ ਲਾਲੀ ਆਪਣੀ ਟੀਮ ਬਹੁਤ ਹੋ ਜੁੜਦਾ ਹੋਇਆ। ਕਿਆ ਕੋਈ ਇੱਥੋਂ ਜੇਕਰ ਨਾ ਮੇਰੇ ਪੰਜਾਬੀ ਵੀਰੋ ਗੱਲ ਕਰੀਏ, ਸਿਰਫ ਸਧਾਣਾ ਪਿੰਡ ਵਿਚਾਲੇ ਆ ਜਾਂਦਾ ਤੇ ਸੇਲਵਰਾ ਲਾਗਲਾ ਪਿੰਡ ਆ ਜਾਂਦਾ। ਜੇ ਹੁਣ ਆਪਾਂ ਇੱਥੋਂ ਬਦਰੇ ਨੂੰ ਜਾਈਏ, ਸਿੱਧਾ ਕਹਿੰਦੇ ਬੁਰਜ ਕਰਿਆੜ ਵਾਲਾ ਜਿਉਂਦਾ ਤੇ ਤਪਾ ਮੰਡੀ ਰੂੜੇ ਕਹਿੰਦੇ, ਨਾਲ ਰੂੜੇ ਕਹਿੰਦੇ ਪਿੰਡ ਆ ਜਾਂਦਾ ਧੂਰਕੋਟ ਦੇ ਨਾਲ ਬਦਰਾ। ਆਹ ਬਦਰੇ ਵਾਲਾ ਮੌੜ ਲਾ ਗਿਆ ਜੱਫਾ ਇੱਕ ਪਾਸੇ ਆਪਣੀ ਟੀਮ ਦੇ ਲਈ, ਇੱਕ ਅੰਕ ਜਿਹੜਾ ਹੋਰ ਜੁੜਦਾ ਹੋਇਆ। ਚੱਲ ਗੁਰਪ੍ਰੀਤਾ, ਗੁਰੂ ਸਰ ਜਲਾਲ ਤੇ ਜਿਉਂਦ, ਗੁਰੂ ਸਰ ਜਲਾਲ ਤੇ ਜਿਉਂਦ,
ਦੋਨਾਂ ਟੀਮਾਂ ਨੂੰ ਲਾਸਟ ਕਾਲ ਆ ਜੀ ਸ਼ਾਇਦ ਜਿਉਂਦ ਪਹੁੰਚ ਗਈ ਆ ਜੀ ਜਿਉਂਦ ਆ ਗਈ ਹੈ ਗੁਰੂ ਸਾਹਿਬ ਜਲਾਲ ਵਾਲਿਓ ਠੀਕ ਹੈ ਲਾਸਟ ਕਾਲ ਹੈ ਗੁਰਦੀਪ ਪੁੱਤਰ ਸਟੇਜ ਤੇ ਸੰਪਰਕ ਕਰੇ ਜੀ ਬਿਲਕੁਲ ਜੀ ਬਿਲਕੁਲ ਹਰਪੀ ਤੋਂ ਆਹ ਮਾਈਕ ਦੀ ਸਮਝ ਆਉਂਦੀ ਹੈ ਕੀ ਪਤਾ ਗੱਲਾਂ ਲੱਗਦਾ ਹਾਂਜੀ ਹਾਂਜੀ ਹਾਂ ਬਿਲਕੁਲ ਕਈ ਯਾਰ ਕੋਈ ਆਵਾਜ਼ ਹੁੰਦਾ ਦੱਸ ਦਿਆ ਕਰੋ ਠੀਕ ਹੈ ਨਾ ਬਿਲਕੁਲ ਜੀ ਇੱਕ ਸਾਡੀ ਜਿੰਨੇ ਵੀ ਮਹਿਮਾਨ ਖਿਡਾਰੀ ਨੇ ਚਾਹੇ ਸਾਡੇ ਪਿੰਡ ਦੇ ਚਾਹੇ ਬਾਹਰ ਦੇ ਉਹਨਾਂ ਨੂੰ ਬੇਨਤੀ ਹੈ ਵੀਰੇ ਉਹਨਾਂ ਦੀ ਚਾਹ ਦਾ ਜਿਹੜਾ ਪ੍ਰਬੰਧ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਸੋ ਕਿਰਪਾ ਕਰਕੇ ਸਟੇਜ ਤੇ ਆ ਕੇ ਡਿਸਟਰਬ ਨਾ ਕਰਨ ਜੀ ਜਿੰਨੇ ਵੀ ਮਹਿਮਾਨ ਖਿਡਾਰੀ ਆ ਚਾਹੇ ਸਾਡੇ ਪਿੰਡ ਦੇ ਆ ਉਹ ਉਹਨਾਂ ਦੀ ਚਾਹ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਵਿੱਚ ਲੰਗਰ ਚੱਲ ਰਿਹਾ ਜੀ ਹੈਲੋ ਕੋੜੇ ਹੈਲੋ ਕੋੜੇ ਕੋੜੇ ਬਈ ਗਰਾਊਂਡ ਤੇ ਜੀ ਕੋੜੇ ਨੂੰ ਕੰਮ ਆ ਮੈਨੂੰ ਹਾਂਜੀ ਹਾਂਜੀ ਹੈਲੋ ਬਾਈ ਜੀ ਬੇਨਤੀ ਹੈ ਨਾਲ ਸਾਡੇ ਸਤਿਕਾਰਯੋਗ ਮਿੱਤਰਾਂ ਦਾ ਵੀ ਗੁਰੂ ਸਰ ਜਲਾਲ ਦੀ ਟੀਮ ਗਰਾਊਂਡ ਦੇ ਵਿੱਚ ਆ ਗਈ ਆਹ ਮੁੰਡੇ ਦੋ ਸਕੇ ਵੀਰ ਖੇਡਦੇ ਜਿਹੜਾ ਜੱਫਾ ਲਾ ਰਿਹਾ ਆ ਪਿਛਲੇ ਦਿਨੀ 13 ਤਰੀਕ ਨੂੰ ਕਹਿੰਦੇ ਵੀ ਇਹਨਾਂ ਤਕੜਾ ਖੇਡੇ ਮਾਸਟਰ ਰਮਨ ਜੀ ਇਹਨੇ ਨੇ ਹਰਿਆਣੇ ਦੀਆਂ ਚਾਰ ਟੀਮਾਂ ਨੂੰ ਹਰਾ ਕੇ ਆਮ ਕੋਟ ਦੇ ਟੂਰਨਾਮੈਂਟ ਦੀ ਬੈਸਟ ਰਹੀ ਸੀ ਸਮਾਉ ਦੀ ਟੀਮ ਜਿਹੜਾ ਮੁੰਡਾ 37 ਦਸਕ ਨਹੀਂ ਦੋ ਵੀਰ ਖੇਡਦੇ ਆ ਜੱਫਾ ਲਾ ਰਿਹਾ ਸੀ ਕਿਉਂਕਿ ਇਹਨਾਂ ਨੂੰ ਪਤਾ ਵੀ ਸਿਲਵਰਾ ਦੀ ਹਲਕੀ ਜੀ ਟੀਮ ਹੈ ਤੇ ਆਹ ਟੀਮ ਦੀ ਪੂਰੇ ਪੰਜਾਬ ਦੇ ਵਿੱਚ ਬੱਲੇ ਬੱਲੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਾਬਾ ਫੂਲ ਦੀ ਕਿਰਪਾ ਦੇ ਨਾਲ ਇਹ ਨੌਜਵਾਨਾਂ ਦਾ ਕਿਉਂਕਿ ਨਾਮ ਉਹਨਾਂ ਦਾ ਗਰਾਊਂਡਾਂ ਦੇ ਵਿੱਚ ਬੋਲਿਆ ਜਾਂਦਾ ਗਾ ਜਿਨ੍ਹਾਂ ਨੇ ਸਿੱਧਾ ਕੋਈ ਨੌਜਵਾਨ ਉਪਲਬਧੀ ਹਾਸਲ ਕੀਤੀ ਹੋਵੇ ਲਓ ਇੱਕ ਪਾਸੇ ਮੁੰਡਾ ਸਿਲਵਰਾਂ ਵਾਲਾ ਅੱਗੇ ਨੂੰ ਵਧਿਆ ਹੋਇਆ ਉਧਰਲੇ ਪਾਸੇ ਮੈਂ ਦੇਖਦਾ ਵੀ ਮੌੜ ਦਾ ਜੱਫਾ ਲੱਗਦਾ ਇਹ ਮੌੜ ਵਰਗੇ ਵੀ ਦੋ ਵੀਰ ਸਕੇ ਖੇਡਦੇ ਆ ਇਹ ਦੋਨੇ ਜਾਪੀ ਹੈ ਮੈਚ ਦੀ ਸਮਾਪਤੀ ਦੀ ਵਿਸਲ ਇਹਦੇ 'ਚ ਨੋਟ ਕਰੋ ਬਦਰੇ ਦੀ ਟੀਮ ਜਿੱਤ ਗਈ ਹੈ ਬਦਰੇ ਦੇ ਪੁਆਇੰਟ 15.5 ਪੁਆਇੰਟ ਨੇ ਨੋਟ ਕਰ ਲਓ ਬਈ ਲਵੀ ਜਿਹੜੇ ਮੁੰਡੇ ਦੀ ਆਪਣੀ ਡਿਊਟੀ ਹੈ ਕਿਉਂਕਿ ਉਹ ਨੋਟ ਕਰ ਲਓ ਸਾਡੇ ਸਤਿਕਾਰਯੋਗ ਵੀਰ ਇਹਦੇ ਵਿੱਚੋਂ ਜਿਹੜੀ ਬਦਰੇ ਦੀ ਟੀਮ ਜਿੱਤ ਚੁੱਕੀ ਹੈ ਹੁਣ ਜਿਹੜਾ ਮੈਚ ਲੱਗਣਾ ਹੈਗਾ ਜਿਉਂਦਾ ਆ ਗਈ ਹੈ ਗੁਰੂ ਸਰ ਜਲਾਲ ਕਿਉਂ ਨਹੀਂ ਆਏ ਬਈ ਗੁਰੂ ਸਰ ਜਲਾਲ ਦੀ ਟੀਮ ਦੇ ਲਈ 1 ਮਿੰਟ ਦਾ ਸਮਾਂ ਗਾ ਮਨਪ੍ਰੀਤ ਮੁੰਡੇ ਗੁਰੂ ਸਰ ਜਲਾਲ ਵਾਲੇ ਨੇ ਉਹ ਆਵਾਜ਼ ਨੂੰ ਸੁਣਦੇ ਸਰ ਗਰਾਊਂਡ ਦੇ ਨੇੜੇ ਆ ਜਾਣ ਬਾਈ ਜੀ ਗੁਰੂ ਸਰ ਜਲਾਲ ਦੀ ਟੀਮ ਨੂੰ ਪਲੀਜ਼ ਬੇਨਤੀ ਹੈ ਵੀ ਉਹ ਗਰਾਊਂਡ ਦੇ ਵਿੱਚ ਆ ਜਾਣ ਉਹਨਾਂ ਦਾ ਮੈਚ ਆ ਅਗਲੀ ਲਿਸਟ ਵੀ ਮੈਨੂੰ ਘੋੜੇ ਫੜਾ ਦਿਓ ਵੀਰੇ ਮੇਰੇ ਕੋਲ ਕਿਉਂਕਿ ਲਾਸਟ ਮੈਚ ਆ ਬੁੱਟਰ ਕਬੱਡੀ ਓਪਨ ਗੁਰਦੀਪ ਬੁੱਟਰ ਜੀ ਕਬੱਡੀ ਓਪਨ ਦੀਆਂ ਜਿੰਨੀਆਂ ਵੀ ਟੀਮਾਂ ਸਾਡੇ ਦਰਮਿਆਨ ਪਹੁੰਚੀਆਂ ਵੀਰੇ ਆਪਣੀਆਂ ਟੀਮਾਂ ਐਂਟਰ ਕਰਾ ਲਓ ਅਸੀਂ 16 ਟੀਮਾਂ ਹੀ ਐਂਟਰ ਕਰਨੀਆਂ ਉਸ ਤੋਂ ਬਾਅਦ ਟੀਮਾਂ ਨਹੀਂ ਐਂਟਰ ਕਰਨੀਆਂ ਬਿਲਕੁਲ ਜੀ ਬਿਲਕੁਲ ਹਾਂਜੀ ਇਹ ਹਰਪ੍ਰੀਤ ਪਹਿਲਾ ਪ੍ਰਬੰਧਕ ਨੇ ਇਹ ਉਡੀਕਿਆ ਵੀ 80 ਦੀਆਂ ਵੀ 16 ਤੇ ਓਪਨ ਦੀਆਂ ਵੀ 16 ਵਧੀਆ ਟਾਈਮ ਦੇਣਾ ਕਿਉਂਕਿ ਜਿਹੜੇ ਦਰਸ਼ਕ ਵੀਰ ਆਉਂਦੇ ਉਹਨਾਂ ਦੀ ਇਹੀ ਮੰਗ ਹੁੰਦੀ ਆ ਵੀ ਇੱਕ ਟੀਮ ਨੂੰ ਘੱਟੋ ਘੱਟ 10 ਕਬੱਡੀਆਂ ਤਾਂ ਮਿਲਣੀਆਂ ਚਾਹੀਦੀਆਂ ਕਿਉਂਕਿ 5 ਕਬੱਡੀਆਂ 'ਚ ਨਾ ਕੋਈ ਪਤਾ ਲੱਗਦਾ ਉਧਰੋਂ 2 ਰੇਡਰ ਭੱਜ ਆਉਂਦੇ 3 ਖੜੇ ਜਾਂਦੇ ਨੇ ਉਹ ਨਿਬੜ ਜਾਂਦਾ ਕੰਮ 10 ਕਬੱਡੀਆਂ ਘੱਟੋ ਘੱਟ ਹੋਣੀਆਂ ਚਾਹੀਦੀਆਂ ਨੌਜਵਾਨ ਪ੍ਰਬੰਧਕਾਂ ਦਾ ਬਹੁਤ ਵਧੀਆ ਉਪਰਾਲਾ ਬਾਈ ਅਮਨ ਘੋੜੇ ਨੇ ਮੈਨੂੰ ਮਨੇ ਵਰਗੇ ਨੌਜਵਾਨ ਬਾਈ ਹਰਪ੍ਰੀਤ ਵਰਗੇ ਦੱਸੇ ਵਧੀਆ ਆ ਜਾਓ ਮਨਪ੍ਰੀਤ ਤੁਹਾਡਾ ਮੈਚ ਆ ਗਰਾਊਂਡ 'ਚ ਆ ਜਾਓ ਪਿੱਥੋ ਵਾਲਿਓ ਆਪਣਾ ਮੇਰੇ 62 ਕਿਲੋ ਸੈਕਿੰਡ ਨਾਮ ਲੈ ਜਾਓ ਪਿੱਥੋ ਵਾਲਿਓ ਹੈਲੋ